ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਪੈਟਰੋਲ ਤੇ ਡੀਜ਼ਲ ਦੇ ਦਾਮ ਆਸਮਾਨ ਛੂ ਰਹੇ ਨੇ। ਇਸ ਮਾਹੌਲ ਦੇ ਵਿੱਚ ਖੇਤਾਂ ਦਾ ਰਾਜਾ ਟਰੈਕਟਰ ਕਰੇ ਤੇ ਕੀ ਕਰੇ। ਜੇ ਮਹਿੰਗਾ ਮਿਲੇਗਾ ਡੀਜ਼ਲ ਤਾਂ ਕਿਵੇਂ ਹੋਏਗਾ ਗੁਜ਼ਾਰਾ। ਦੇਸ਼ 'ਚ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੇ ਰੇਟ ਲਗਾਤਾਰ ਵੱਧ ਰਹੇ ਨੇ। ਇਸ ਮਾਹੌਲ ਦੇ ਵਿੱਚ ਕੀ ਕਰੇ ਖੇਤਾਂ ਦਾ ਰਾਜਾ ਟਰੈਕਟਰ। ਟਰੈਕਟਰ ਦੇ ਪਹੀਏ ਹੁਣ ਥੱਕਣੇ ਸ਼ੁਰੂ ਹੋ ਗਏ ਨੇ। ਜੇਕਰ ਮਹਿੰਗਾ ਹੋਏਗਾ ਤੇਲ ਤੇ ਕਿਸਾਨ ਕਿਵੇਂ ਕਰੇਗਾ ਖੇਤੀ। ਲਗਾਤਾਰ ਕੀਮਤਾਂ 'ਚ ਇਜਾਫਾ ਹੋਣ ਤੋਂ ਬਾਅਦ ਪਰੇਸ਼ਾਨ ਕਿਸਾਨ ਪੰਜਾਬ 'ਚ ਸੜਕਾਂ 'ਚ ਉਤਰ ਆਏ ਨੇ। ਡੀਜ਼ਲ ਦੇ ਵਧਦੇ ਮੁੱਲਾਂ ਦੇ ਖਿਲਾਫ ਅਨੋਖਾ ਪ੍ਰਦਰਸ਼ਨ ਪੰਜਾਬ 'ਚ ਹੋਇਆ। ਪੰਜਾਬ ਦੇ ਲੁਧਿਆਣਾ ਦਾ ਨਜ਼ਾਰਾ ਦੇਖੋ। ਖੇਤਾਂ ਦਾ ਰਾਜਾ ਟਰੈਕਟਰ ਸੜਕ ਤੇ ਦੌੜ ਰਿਹਾ ਏ। ਇਸ ਤੋਂ ਪਹਿਲਾਂ ਸ਼ਾਇਦ ਹੀ ਤੁਸੀਂ ਕਦੀ ਇੰਨੇ ਟਰੈਕਟਰ ਸੜਕ ਤੇ ਵੇਖੇ ਹੋਣ। ਕਿਸਾਨਾਂ ਨੇ ਆਪਣੇ ਟਰੈਕਟਰਾਂ ਸਮੇਤ ਪ੍ਰਦਰਸ਼ਨ ਕਰਕੇ ਚਾਬੀਆਂ SDM ਨੂੰ ਦੇਤੀਆਂ। ਕਿਸਾਨਾਂ ਦਾ ਇਹ ਪ੍ਰਦਰਸ਼ਨ ਵੀ ਵੇਖਣ 'ਚ ਕਿਤੇ ਨਾ ਕਿਤੇ ਜਾਇਜ਼ ਲੱਗਦਾ ਏ। ਡੀਜ਼ਲ ਦਾ ਰੇਟ ਜ਼ਿਆਦਾ ਹੋ ਗਿਆ ਤਾਂ ਖੇਤੀ ਕਿਵੇਂ ਕਰਨਗੇ ਕਿਸਾਨ। ਇਸੇ ਗੱਲ ਤੋਂ ਜਦ ਹੋਏ ਪਰੇਸ਼ਾਨ ਤਾਂ ਪਹੁੰਚ ਗਏ SDM ਨੂੰ ਚਾਬੀਆਂ ਦੇਣ। ਲੁਧਿਆਣਾ ਦੇ ਵਿੱਚ ਇਹ ਨਜ਼ਾਰਾ ਵੇਖਣ ਨੂੰ ਮਿਲਿਆ। ਸੜਕ 'ਚ ਹਜ਼ਾਰਾਂ ਦੀ ਤਾਦਾਦ 'ਚ ਟਰੈਕਟਰ ਪਹੁੰਚੇ ਤੇ ਕਿਸਾਨਾਂ ਨੇ ਇਹਨਾਂ ਟਰੈਕਟਰਾਂ ਦੀਆਂ ਚਾਬੀਆਂ SDM ਨੂੰ ਸੌਂਪ ਦਿੱਤੀਆਂ। ਹੁਣ ਵੇਖਣਾ ਇਹ ਹੋਏਗਾ ਕਿ ਸਰਕਾਰ ਤੇ ਇਹ ਪ੍ਰਦਰਸ਼ਨ ਕਿਸ ਤਰੀਕੇ ਦਾ ਅਸਰ ਪਾਉਂਦਾ ਏ।